ਸ੍ਰੀ ਗੁਰੂ ਨਾਨਕ ਦੇਵ ਸੱਚ ਪਾਤਸ਼ਾਹ ਜੀ ਇੱਕ ਜਗ੍ਹਾ ਬਹੁਤ ਹੀ ਸੁੰਦਰ ਫੁਰਮਾਨ ਕਰਦੇ ਹਨ ਕਿ ਸਾਨੂੰ ਉਸ ਕਰਤਾ ਪੁਰਖ ਦੀਆਂ ਸਿਫਤਾਂ ਕਿਉਂ ਕਰਨੀਆਂ ਚਾਹੀਦੀਆਂ ਹਨ, ਕੀ ਫਾਇਦਾ ਹੁੰਦਾ ਹੈ ਉਹਦਾ। ਲੋਹਾ ਵੱਢੇ ਦਰਜੀ ਪਾੜੇ ਸੂਈ ਧਾਗਾ ਸੀਵੈ, ਇਓ ਪਤਿ ਪਾਟੀ ਸਿਫਤੀ ਸੀਪੈ, ਨਾਨਕ ਜੀਵਤ ਜੀਵੈ। ਸੱਚ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਹੇ ਮਨੁੱਖ, ਜੇ ਤੇਰੀ ਉਸ ਕਰਤਾ ਪੁਰਖ ਅਕਾਲ ਪੁਰਖ ਉਸ ਬ੍ਰਹਮ ਦੇ ਨਾਲੋਂ ਟੁੱਟ ਗਈ ਹੈ ਤੇ ਉਹਨੂੰ ਤੂੰ ਜੋੜ ਲੈ। ਜਿਸ ਤਰ੍ਹਾਂ ਲੋਹੇ ਦਾ ਕੰਮ ਭਾਵ ਕੈਂਚੀ ਦਾ ਜਿਹੜਾ ਕੰਮ ਹੈ ਉਹਦਾ ਕੱਟਣਾ ਹੀ ਕੰਮ ਹੈ, ਤੇ ਦਰਜੀ ਦਾ ਕੰਮ ਹੈ ਕਿ ਉਹਨੇ ਉਸਨੂੰ ਪਾੜਨਾ ਹੀ ਹੈ ਕੱਪੜੇ ਨੂੰ, ਤੇ ਸੂਈ ਧਾਗਾ ਜਿਹੜਾ ਹੈ ਪਰ ਉਹ ਉਹਨਾਂ ਨੂੰ ਸੀਂ ਦਿੰਦਾ। ਇਸੇ ਤਰੀਕੇ ਹੀ ਜਿਸ ਤਰ੍ਹਾਂ ਲੋਹਾ ਅਤੇ ਉਹ ਧਾਗਾ ਇਕੱਠੇ ਹੋ ਕੇ ਅਤੇ ਉਸ ਨੂੰ ਜੋੜ ਦਿੰਦੇ ਹਨ, ਇਸੇ ਤਰੀਕੇ ਹੀ ਕਹਿੰਦੇ ਜੇ ਤੇਰੇ ਕੋਲ ਵਿਕਾਰਾਂ ਦੇ ਨਾਲ ਜ਼ਿੰਦਗੀ ਦੇ ਵਿੱਚ ਬਹੁਤ ਪਾਪ ਹੋਏ ਨੇ ਅਤੇ ਤੂੰ ਉਸ ਕਰਤਾ ਪੁਰਖ ਅਕਾਲ ਪੁਰਖ ਦੀਆਂ ਸਿਫਤਾਂ ਕਰ, ਜੇ ਤੂੰ ਉਸ ਦੀਆਂ ਸਿਫਤਾਂ ਕਰੇਗਾ ਤਾਂ ਇਹ ਪਤ ਪਾਟੀ ਸਿਫਤੀ ਸੀਪੈ। ਕਹਿੰਦੇ ਜੇ ਤੂੰ ਉਹਦੀਆਂ ਸਿਫਤਾਂ ਕਰੇਗਾ ਅਕਾਲ ਪੁਰਖ ਦੀਆਂ, ਉਹਦੇ ਗੁਣਗਾਨ ਕਰੇਗਾ, ਅਤੇ ਤੇਰੀ ਜਿਹੜੀ ਇੱਜ਼ਤ ਗੁਆਚੀ ਹੋਈ ਹੈ ਉਹ ਫਿਰ ਜਿਸ ਤਰ੍ਹਾਂ ਸੂਈ ਧਾਗਾ ਸੀਂ ਦਿੰਦਾ, ਇਸੇ ਤਰੀਕੇ ਹੀ ਤੇਰੀ ਇੱਜ਼ਤ ਵੀ ਬਣ ਜਾਵੇਗੀ ਜੇ ਤੂੰ ਉਸ ਕਰਤਾ ਪੁਰਖ ਦਾ ਨਾਮ ਜਪਣ ਲੱਗ ਪਏਗਾ। ਜ਼ਿੰਦਗੀ ਰਹਿੰਦੀ ਹੋਈ ਦੇ ਵਿੱਚ ਉਹਦਾ ਨਾਮ ਜਪਣ ਲੱਗ ਪਏਗਾ, ਉਹਦੀਆਂ ਸਿਫਤਾਂ ਕਰਨ ਲੱਗ ਪਏਗਾ, ਅਤੇ ਫਿਰ ਤੇਰੀ ਸਾਰੀ ਦੀ ਸਾਰੀ ਇੱਜ਼ਤ ਵਾਪਸ ਆ ਜਾਏਗੀ। ਇਸ ਕਰਕੇ ਉਸ ਕਰਤਾ ਪੁਰਖ ਦਾ ਨਾਮ ਜਪੋ।